ਅਰਸੀ ਕੱਢ ਲੈ ਆ ਦੇਖੋ ਜੀ ਤੁਹਾਨੂੰ ਪਹਿਲਾਂ ਦਿਖਾਈ ਸੀਗਾ ਨਾ ਮੈਂ ਸਿੱਧੇ ਪੈਰ ਕਿੱਡੇ ਕਿੱਡੇ ਸੀਗੇ ਤੁਹਾਨੂੰ ਕੰਟਰੋਲ ਹੋ ਗਿਆ ਹੁਣ ਦੇਖੋ ਕੰਟਰੋਲ ਹੋ ਗਏ ਬਾਣੀ ਬਿਆਨ ਵਧੀਆ ਗਿਆ ਪੈਰ ਇਹਦੇ ਦੇਖੋ ਜੀ ਥੱਲੇ ਦੇ ਵੀ ਢਾ ਕੇ ਸਾਫ਼ ਕਰੇ ਨੇ ਪਹਿਲਾਂ ਦੇਖੋ ਖਾਸੇ ਬੜੇ ਬੜੇ ਪੈਰ ਸੀਗੇ ਇਹਦੇ ਹੁਣ ਦੇਖੋ ਜੀ ਹੁਣ ਇਹਦੀ ਚਾਲ 'ਚ ਵੀ ਫਰਕ ਪੈ ਜੂਗਾ ਪਾਣੀ ਪੀਣੇ ਪੀਲਾ ਮੁੜ ਚੱਲਦੀ ਹੈ ਠੀਕ ਹੈ ਜੀ ਜਿਹੜਾ ਪੈਰਾਂ ਪਰ ਵਜਨ ਉਹਨਾਂ ਦਾ ਐਡੇ ਐਡੇ ਵੱਡੇ ਜੀ ਦੇਖੇ ਇਹ ਜੀ ਆਹ ਦੇਖੋ ਜੀ ਜਿਹੜੇ ਪੈਰਾਂ ਦੇ ਪੈਰ ਵਧੇ ਹੋਏ ਸੀਗੇ ਇਹਦੇ ਪਿੱਛੇ ਖੁੰਚਾਂ ਹੁੰਦੀਆਂ ਨੇ ਉਹਨਾਂ ਦੀਆਂ ਨਹਿਰੀਆਂ ਦੇਖਿਆ ਜੀ ਇਹ ਧਰਤੀ 'ਚ ਗੜ ਦਿੱਤੀਆਂ ਤਾਂ ਇਸਕੇ ਪੈਰ ਸੁੱਜੇ ਵੇ ਹੈ ਪਿੱਛੇ ਤੇ ਦੇਖ ਹਾਂ ਜੀ ਹਾਂ ਦੇਖੋ ਕਾ ਜੀ ਦੇਖੋ ਜੀ ਪਸ਼ੂ ਬਿਲਕੁਲ ਆਰਾਮ ਮਿਲ ਜੂਗਾ ਇਹਨੂੰ ਉਹਨਾਂ ਨੂੰ ਤੋਰ ਕੇ ਦਿਖਾਵਾਂਗੇ ਤੋਰੂ ਵੀ ਦੇਖਿਓ ਵਧੀਆ ਐਨ ਦੇਖੋ ਜੀ ਹੁਣ ਪਹਿਲਾਂ ਚਾਲ ਦਿਖਾਈ ਸੀਗੀ ਤੁਹਾਨੂੰ ਹੁਣ ਇਹਦੀ ਚਾਲ ਦੇਖੋ ਜੀ ਕਿੰਨੀ ਵਧੀਆ ਚਾਲ ਬਣ ਗਈ ਇਹਦੀ ਦੇਖੋ ਐਨ ਠੀਕ ਤੁਰਦੀ ਜਾ ਰਿਹਾ ਪਸ਼ੂ ਦੇਖੋ ਜੀ ਠੀਕ ਹੈ ਜੀ ਪਿੰਡ ਪੰਜੋਲਾ ਠੀਕ ਹੈ ਜੀ ਆਹ ਦੇਖੋ ਇੱਕ ਹੋਰ ਮੈਂ ਇਹਦੇ ਪੈਰ ਦਿਖਾਉਂਦੇ ਹਾਂ ਤੁਹਾਨੂੰ ਉਹਦੇ ਪੈਰ ਵੀ ਦੇਖੋ ਇਹਦੇ ਕਿੱਡੇ ਕਿੱਡੇ ਪੈਰ ਵਧੇ ਹੋਏ ਨੇ ਦੇਖੋ ਜੀ ਬਗਲੇ ਦੀ ਗਰਦਨ ਵਾਂਗੂ ਚੱਕਿਆ ਵੀ ਇਹ ਆਹ ਦੇਖੋ ਜੀ ਆਹ ਦੇਖੋ ਜੀ ਕਿੱਡਾ ਬੜਾ ਪੈਰ ਵਧਿਆ ਹੋਇਆ ਜੀ ਇਹ ਮੈਂ ਤਾਂ ਤੁਹਾਨੂੰ ਇਹਦੇ ਵੀ ਕਰਕੇ ਬਾਅਦ ਮੈਂ ਦਿਖਾਵਾਂਗੇ ਵੀਡੀਓ ਪਾਵਾਂਗੇ ਅਗਲੇ ਐਪੀਸੋਡ 'ਚ ਦੇਖ ਸਕਦੇ ਜੀ ਇਹ ਲੰਘ ਮਾਰਦੀ ਹੈ ਮੈਂ ਸਜਾ ਤੁਰਕੀ ਆਈ ਸੀਗੀ ਹੁਣ ਦੇਖਿਓ ਜੀ ਥੋੜ੍ਹੇ ਟਾਈਮ ਦਾ ਕਰਕੇ ਛੱਡਾਂਗੇ ਕੰਮ ਵਧੀਆ ਹੋਊਗਾ ਜੀ ਠੀਕ ਹੈ ਜੀ